ਜਿਹੜੇ ਕਾਗਜ਼ ਭਰੇ ਜਾ ਰਹੇ ਸੀ ਉਹਦੇ ਨਾਲ ਅਜ ਆਜ਼ਾਦ ਪਾਰਟੀ ਤੋਂ ਸਾਡੇ ਰਾਜੂ ਜੀ ਕਿਹੜੇ ਵਾਰਡ ਤੋਂ ਜੀ 21 ਨੰਬਰ ਵਾਰਡ 21 ਨੰਬਰ ਵਾਰਡ ਤੋਂ ਹਨ ਤੁਸੀਂ ਅਜ ਆਜ਼ਾਦ ਕਾਗਜ਼ ਭਰਨ ਜਾ ਰਹੇ ਕੀ ਕਹਿਣਾ ਚਾਹੁੰਦੇ ਆ ਦੇਖੋ ਹੁਣ ਪਾਰਟੀਆਂ ਨਕਮੀਆਂ ਹੋਈਆਂ ਆ ਆਜ਼ਾਦੀ ਫੇ ਤਾਂ ਹੀ ਭਰੇ ਜੀ ਹੁਣ ਤੁਸੀਂ ਅਕਾਲੀ ਦਲ ਸੀ ਜਾਂ ਕਾਂਗਰਸ ਹੈ ਜਾਂ ਹੋਰ ਕੋਈ ਪਾਰਟੀ ਹੈ ਕੋਈ ਕਾ ਪਾਰਟੀ ਨਹੀਂ ਜੁਣੀ ਕੀ ਕਰਨਾ ਹੈ ਦੇਖੋ ਸਾਡੀ ਸੋਚ ਆਜ਼ਾਦ ਹੈ ਜੀ ਅਸੀਂ ਯਾਦ ਰਹਿਣਾ ਚਾਹੁੰਦੇ ਆ ਬੰਦਾ ਸ਼ਰਕ ਨਹੀਂ ਸਾਨੂੰ ਬੰਦ ਸ਼ਰਕ ਚੰਗੀ ਲੱਗਦੀ ਨਾ ਅਸੀਂ ਪਿੰਜਰੇ ਦੇ ਕੈਦ ਕੈਦ ਹੋਏ ਨਾ ਕਿ ਕੈਦ ਹੋਣਾ ਚਾਹੁੰਦੇ ਆ ਇਸ ਕਰਕੇ ਆਜ਼ਾਦ ਰਹੇ ਕਿ ਕਾ ਵਿਸ਼ਵਾਸ ਦਿਲਾਉਣੇ ਲੋਕਾਂ ਨੂੰ ਅਸੀਂ ਭਾਜੀ ਮੈਂ ਤਾਂ 2 ਸਾਲੋਂ ਕੇ ਆਜ਼ਾਦ ਰਹ ਕੇ ਕੰਮ ਕਰ ਰਹੇ ਆ ਮਿਊਨਿਸਪਲ ਕਮੇਟੀ ਦੇ ਵਿੱਚ ਐਕਟਿਵ ਕੰਮ ਬੰਦਾ ਕਰਾਉਣਾ ਨਾ ਹੋਵੇ ਨਾ ਤੇ ਕੰਮ ਕਰਾਈ ਜਾਂਦਾ 2 ਸਾਲ ਭਾਜੀ ਮੈਂ ਸੇਵਾ ਦਿੱਤੀ ਹੈ ਜੈਲਸਿੰਗਰ ਦੀ ਐਜ਼ ਅ ਪ੍ਰੈਜ਼ੀਡੈਂਟ ਤੇ ਭਾਜੀ 2 ਸਾਲ ਦੇ ਵਿੱਚ ਮੈਂ ਇੰਨਾ ਜੈਲਸਿੰਗਰ ਨਗਰ ਦੀ ਹਲਕੇ ਦੀ ਨੁਹਾਰ ਬਦਲੀ ਜਾਣਾ ਤੁਸੀਂ ਆ ਕੇ ਖੁਦ ਦੇਖ ਲਓ ਜਾ ਕੇ ਤੇ ਤੁਸੀਂ ਕਹੋਗੇ ਹਾਂ ਰਜੂ ਤੂੰ ਕੰਮ ਠੀਕ ਕੀਤਾ ਉੱਥੇ ਤੇ ਇਸ ਕਰਕੇ ਇਹਦੇ ਵਿੱਚ ਛੋਟੀ ਇਲੈਕਸ਼ਨ ਵਿੱਚ ਭਾਜੀ ਪਾਰਟੀ ਆਜ਼ਾਦ ਹੋਵੇ ਬੀਜੇਪੀ ਹੋਵੇ ਕਾਲੀਦਾ ਹੋਵੇ ਕੋਈ ਮੈਟਰ ਨਹੀਂ ਕਰਦੀ ਇਹ ਤੁਸੀਂ ਇਹ ਤੁਸੀਂ ਦੇਖਣਾ ਵੀ ਬੰਦਾ ਅੱਗੇ ਕਿੰਨਾ ਕਿੰਨਾ ਗਿਆ ਕਿੰਨਾ ਕਾਊਂਟ ਕਰਦਾ ਹੈਗਾ ਤੇ ਐਕਚੁਅਲੀ ਬੰਦਾ ਕੰਮ ਕਰਾਉਣ ਆਉਂਦਾ ਹੋਵੇ ਨਾ ਜੀ ਤੇ ਉਹ ਬੰਦਾ ਆਪਣਾ ਕੰਮ ਕਰਾ ਲੈਂਦਾ ਤੇ ਐਕਚੁਅਲੀ ਮੈਨੂੰ ਮਿਹਨਤ ਕਰਨ ਦਾ ਸ਼ੌਂਕ ਹੈ ਬਚਪਨ ਡੈਡੀ ਮੇਰੇ ਇੱਥੇ ਕਾਉਂਸਲ ਰਹੇ ਨੇ ਪਹਿਲਾਂ ਫਿਰ ਪ੍ਰੈਜ਼ੀਡੈਂਟ ਬਣੇ ਨੇ ਮਿਊਨਿਸਪਲ ਕਮੇਟੀ ਦੇ ਤੇ ਭਾਈ ਸਾਰੇ ਮੈਨੂੰ ਕੰਮ ਕਰਾਉਣੇ ਆਉਂਦੇ ਨੇ ਮਿਊਨਿਸਪਲਿਕ ਕਿਵੇਂ ਕਹਿੰਦੇ ਲੋਕੀ ਮੈਂ ਕਹਿੰਦਾ ਦਸਕਿਆਂ ਨੂੰ ਵੀ ਦੋ ਦੋ ਸਾਲ ਤੋਂ ਤੁਸੀਂ ਕੰਮ ਕਰਦੇ ਆ ਰਹੇ ਆ ਦਿਖ ਰਿਹਾ ਸਭ ਨੂੰ ਕੰਮ ਜੋ ਵੀ ਕਰਦਾ ਉਹ ਦਿਖਦਾ ਹੈ ਤੇ ਮੈਨੂੰ ਲੱਗਦਾ ਵੀ ਇਸ ਬਾਕੀਆਂ ਦੇ ਵੀ ਥੋੜਾ ਜਿਹਾ ਜਿਹੜੇ ਜਿਹੜੇ ਹੋ ਸਕਦਾ ਵੀ ਤੁਹਾਨੂੰ ਦੇਖ ਕੇ ਲੱਗਦਾ ਵੀ ਇਹ ਜਿਹੜਾ ਅਰੂ ਸਾਥੀ ਹਨ ਦੇਖੋ ਸਾਡਾ ਕੰਮ ਕਰਦਾ ਸਟਾਈਲ ਭਾਜੀ ਇਹ ਹੈ ਵੀ ਮੈਨੂੰ ਪਤਾ ਨਹੀਂ ਸੀਗਾ ਅਸੀਂ ਗੁਰਦਾਬੀਦਾਸ ਉੱਥੇ ਧਰਮਸ਼ਾਲਾ ਕਿ ਹੈਗੀ ਇੱਥੇ ਉੱਥੇ ਅਸੀਂ ਕੋਈ ਭੋਗ ਤੇ ਗਏ ਸੀਗੇ ਬੜੀ ਦੇਰ ਤੋਂ ਸਾਨੂੰ ਸਾਲ ਕੋ ਹੋ ਗਿਆ ਤੇ ਉੱਥੇ ਭਾਜੀ ਦੇਖਿਆ 25 30 ਢੰਗਰ ਗੰਧ ਬਾਰ ਬਾਰ ਬੇਸ਼ੁਮਾਰ ਬੁਰਾ ਹਾਲ ਬੰਕੇ ਦਿਹਾੜੇ ਸੀਗੇ ਉੱਥੇ ਤੇ ਉਹ ਭਾਜੀ ਅਸੀਂ ਕਮੇਟੀ ਨਾਲ ਗੱਲ ਕੀਤੀ ਸਾਥੀਆਂ ਨਾਲ ਗੱਲ ਕੀਤੀ ਤੇ ਉਹ ਅਸੀਂ ਕਿਹਾ ਵੀ ਇਹ ਭਾਜੀ ਚਕਾਈਏ ਉਹ ਕਹਿੰਦੇ 1980 ਦੀ ਡੰਪ ਹੈ ਇੱਥੇ ਮਾਸਦਾ ਮਾਸਿੰਗਾ ਮਲੇਰੇਲੇ ਕਿੰਨੇ ਉਥੇ ਪ੍ਰਧਾਨ ਬਦਲੇ ਕਿੰਨੇ ਉਥੇ ਹਰ ਟਾਂ ਮੰਤਰੀ ਹੁੰਦੇ ਸੀ ਉਹ ਕਹਿੰਦੇ ਸਾਡੇ ਇੱਥੇ ਰਿਸ਼ਤੇ ਨੂੰ ਸੋਇਆ ਕਰਦੇ ਇਸ ਮਹੱਲੇ ਦੇ ਵਿੱਚ ਜੀ ਜੀ ਉਹ ਕਹਿੰਦੇ ਵੀ ਲੋਕੀ ਉਹਨਾਂ ਨੇ ਕਹਿਣਾ ਵੀ ਤੁਸੀਂ ਛਣਿਆਤ ਪਰ ਇੱਥੇ ਆਉਣਾ ਨਹੀਂ ਕਿਉਂਕਿ ਸੇਵਾਦਾਰ ਉਥੇ ਛਣਿਆਤ ਪਰ ਜਾਂਦੇ ਨੇ ਸੀ ਸਫਾਈ ਕਰਨ ਵਾਸਤੇ ਤੇ ਉਹਨਾਂ ਨੇ ਸੋਮਵਾਰ ਬੁਲਾਇਆ ਕਰਨ ਬੜੇ ਰਿਸ਼ਤੇਦਾਰ ਵੀ ਅੱਗੇ ਤੇ ਪਾਜੀ ਹੁਣ ਤੁਸੀਂ ਆ ਕੇ ਦੇਖੋ ਉਥੇ ਲਾਇਬ੍ਰੇਰੀ ਬਣੀ ਹੋਈ ਆ ਕੁਰਸੀਆਂ ਲੱਗੀਆਂ ਹੋਈਆਂ ਅਖਬਾਰਾਂ ਲੱਗੀਆਂ ਹੋਈਆਂ ਲੇਟਾਂ ਲੱਗੀਆਂ ਹੋਈਆਂ ਛੱਡ ਬਣਿਆ ਹੋਇਆ ਵਾਟਰ ਕੁਲ ਲੱਗਿਆ ਹੋਇਆ ਆਰਓ ਨਾਲ ਬਗੈਰ ਆਰਓ ਨਾਲ ਤੁਸੀਂ ਕਹਿ ਸਕਦੇ ਹੋ ਵੀ ਮਿਊਸਪਲ ਕਮੇਟੀ ਦੇ ਪ੍ਰਧਾਨ ਹੋਣ ਤੋਂ ਇਹ ਬਿਨਾ ਵੀ ਤੁਸੀਂ ਸਾਰੇ ਕੰਮ ਕਰਾਏ ਆ ਦੇਖੋ ਮੈਂ ਕਹਿੰਨਾ ਜੀ ਤੁਹਾਡੇ ਸਾਹਮਣੇ ਆ ਜੀ ਤੁਸੀਂ ਜਾ ਕੇ ਖੁਦ ਦੇਖੋ ਸਾਡੇ ਹਲਕੇ ਚਾਓ ਮੈਂ ਤਾਂ ਕਹਿੰਨਾ ਮੈਂ ਤਾਂ ਬਾਹ ਉੱਚੀ ਕਰਕੇ ਕਹਿਣਾ ਜੀ ਭਾਈ 21 ਨੰਬਰ ਵਾਰਡ ਦੇ ਵਿੱਚ ਤੁਸੀਂ ਸਾਡੇ ਵਾਰਡ ਦੀ ਨਹਾਰ 2 ਸਾਲ ਪਹਿਲਾਂ ਕੀਤੀ ਸੀ ਉਹ 2 ਸਾਲ ਬਾਅਦ ਕੀਤੀ ਆ ਤੁਸੀਂ ਹੁਣ ਜਾ ਕੇ ਦੇਖ ਸਕਦੇ ਹੋ ਲੋਕੀ ਦੱਸਣਗੇ ਲੋਕੀ ਬੜੇ ਦੇਖਣਗੇ ਤੁਸੀਂ ਜਾ ਕੇ ਦੇਖੋਗੇ ਭਾਜੀ ਸਾਰੇ ਮੈਂ ਤਾਂ ਪਾਰਕਾਂ ਦੇ ਨੂੰ ਹਰ ਬਦਤੀ ਭਾਜੀ ਸਾਰੇ ਮੈਂ ਤਾਂ ਕੀ ਕਹਿੰਦੇ ਨੇ ਪਰਮਾਤਮਾ ਦੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਇੰਨਾ ਪਿਆਰ ਲੋਕਾਂ ਦਾ ਮਿਲਿਆ ਮੈਂ ਤਾਂ ਲੌਕਡਾਊਨ ਦਾ ਲੱਗਾ ਭਾਜੀ ਕਰਫਿਊ ਦੇ ਨਹੀਂ ਪ੍ਰਵਾਹ ਨਹੀਂ ਕੀਤੀ ਹਸਨ ਗੈਸੀ ਨੂੰ ਜਾਣ ਵਾਲੀ ਜਿਹੜੀ ਪਿਛਲੀ ਸੜਕ ਹੈ ਉਹਦਾ ਹਾਲਤ ਬਹੁਤ ਖਸਤਾਂ ਸਰ ਜੀ ਉਹ ਹੁਣ ਤਾਂ ਐਕਚੁਅਲੀ ਪਹਿਲਾਂ ਇੰਪਰੂਵਮੈਂਟ ਟਾਸਕ ਫੋਰਸ ਦੀ ਹੁਣ ਕਹਿੰਦੇ ਨੇ ਮਿਊਨਿਸਪਲ ਕਮੇਟੀ ਕੋਲ ਸੜਕ ਆ ਗਈ ਹੈ ਤੇ ਅਸੀਂ ਉਹਦੇ ਨਾਲ ਵੀ ਬੜੇ ਤਰੀਕੇ ਨਾਲ ਕਰਾਂਗੇ ਕੰਮ ਐਕਚੁਅਲੀ ਦੇਖੋ ਮੇਨ ਗੱਲ ਕੀ ਆ ਹਸਨ ਗੈਸ ਤਾਂ ਚਲ ਤੁਸੀਂ ਉੱਥੇ ਦੇਖੋ ਭਾਈ 90 ਲੱਖ ਰੁਪਏ ਲਾ ਕੇ ਪਿਛਲੀ ਕਮੇਟੀ ਨੇ ਮੈਂ ਕਹਿੰਦਾ ਪੈਸਾ ਘੜਕਾਤਾ 90 ਲੱਖ ਰੁਪਏ ਉਹਨਾਂ ਨੇ ਜਲਾਇਆ ਉੱਥੇ ਉਹ ਸੜਕ ਦੇ ਉੱਤੇ ਇੱਕ ਤਾਂ ਸੜਕ ਸਾਡੀ ਤੰਗ ਕਰਦੀ ਪਹਿਲਾਂ ਸੜਕ ਬਹੁਤ ਖੁੱਲੀ ਸੀ ਉਹ ਸੜਕ ਉੱਤੇ ਤੰਗ ਰਹੇ ਉੱਥੇ ਐਕਸੀਡੈਂਟ ਐਨੇ ਹੁੰਦੇ ਨੇ ਔਰ ਸਰੀਏ ਨਿਕਲੇ ਜਿਹੜਾ 90 ਲੱਖ ਦਾ ਉਹਨਾਂ ਨੇ ਪੈਸਾ ਖਰਚਿਆ ਸੀ ਉੱਥੇ ਤੇ ਤੁਸੀਂ ਭਾਈ ਜੀ ਆ ਕੇ ਦੇਖੋ ਅਸੀਂ ਤਾਂ ਇਹ ਚਾਹੁੰਦੇ ਆ ਉਹ ਜਿਹੜੀ ਰੋਡ ਆ ਉੱਥੇ ਪਾਣੀ ਨਾ ਖੜੇ ਉੱਥੇ ਚੈਂਬਰ ਬਣਨੇ ਆਲੇ ਐਕਚੁਅਲੀ ਪਾਣੀ ਪਿੱਛੇ ਨਾਲੇ ਹੋ ਕੇ ਪਾਣੀ ਬੰਦ ਉਹ ਪਾਣੀ ਸਾਰਾ ਉੱਪਰ ਉੱਚੇ ਖੇੜੇ ਦਾ ਪਾਣੀ ਸਾਰਾ ਉੱਪਰ ਥਾਈ ਹੋ ਕੇ ਜਿਆਸੀ ਨਗਰ ਚ ਆ ਜਾਂਦਾ ਉਹ ਤੁਸੀਂ ਆਪ ਤੇ ਥੋੜਾ ਥੋੜਾ ਆਫਿਸ ਵੀ ਉੱਥੇ ਬਗਾ ਜੀ ਤੇ ਉਹ ਤੁਸੀ ਦੇਖੋ ਵੀ ਥੋੜੀ ਗੱਡੀਆਂ ਵਿੱਚ ਰੁਬ ਜਾਂਦੇ ਨੇ ਲੋਕਾਂ ਬਜ਼ੁਰਗ ਉੱਥੇ ਗਿਰਦੇ ਨੇ ਤੇ ਸਾਡੀ ਭਾਜੀ ਪਹਿਲ ਦੇ ਆਧਾਰ ਤੇ ਅਸੀਂ ਦਾਈ ਚਾਹੁੰਦੇ ਆ ਵੀ ਮਿਊਨਿਸਪਲ ਕਮੇਟੀ ਜਿਹੜਾ ਵੀ ਇੱਕ ਅੱਛੀ ਬਣ ਕੇ ਆਵੇ ਤਾਂ ਕਿ ਸਾਡੇ ਉਹ ਕਲੋਨੀ ਦਾ ਉਸ ਰੋਡ ਦਾ ਸੁਧਾਰ ਹੋ ਸਕੇ ਤੇ ਤਾਂ ਕਿ ਲੋਕੀਂ ਕੋਈ ਸੁੱਖ ਦਾ ਸਾਹ ਲੈ ਸਕਣ ਮਾਰਕੀਟ ਵਾਲੇ ਉੱਥ ਤੇ ਇੱਕ ਸੰਘਾ ਦੇ ਸੰਘ ਹਸਪੀਟਲ ਦੇ ਨਾਲ ਇੱਕ ਰੋਡ ਆਉਂਦੀ ਹੈ ਸ਼ਰਮਾ ਦੇ ਐਂਟਰ ਕਰਦੀ ਹੈ 6 ਮਹੀਨੇ ਪਹਿਲਾਂ ਭਾਜੀ ਮੈਂ ਕੋਲ ਖੜ ਕੇ ਉਹਦੀ ਮੰਗਤੀ ਕਰਵਾਈ ਪੁਰਾਣੇ ਜਿਹੜੇ ਬੰਦੇ ਸੀਗੇ ਮੌਤ ਪਰ ਬੰਦੇ ਸਾਡੇ ਸੀਗੇ 5 ਸਾਲੋਂ ਸੜਕ ਦੀ ਕੋਈ ਸਾਰ ਨਹੀਂ ਲਿੱਤੇ ਉਹਨਾਂ ਨੇ ਭਾਜੀ ਕੋਲ ਖੜ ਕੇ ਮੰਗਤੀ ਕਰਵਾਈ ਉਸ ਤੋਂ ਬਾਅਦ 17 ਲੱਖ ਦਾ ਟੈਂਡਰ ਲੱਗਿਆ ਈਓ ਸਾਹਿਬ ਦੀ ਮਿਹਰਬਾਨੀ ਹੋਈ ਤੇ ਭਾਜੀ ਦੇਖੋ ਮੈਂ ਕੁਝ ਹੈ ਤਾਂ ਨਹੀਂ ਸੀਗਾ ਐਜ਼ ਅ ਪ੍ਰੈਜ਼ੀਡੈਂਟ ਮੈਂ ਉੱਥੇ ਗਿਆ ਰਜੈਲ ਸਿੰਘ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਈਓ ਸਾਹਿਬ ਦੀ ਗੁਆਰ ਲਾਈ ਉਹ ਸੜਕ ਭਾਜੀ ਹੁਣ 17 ਲੱਖ ਦਾ ਟੈਂਡਰ ਲੱਗਿਆ ਵਾ ਟੈਲੋਂ ਤੇ ਗਿਰੀਆਂ ਵੀ ਉੱਥੇ ਚੈਂਬਰ ਬਣ ਜਾਣੇ ਆ ਤਿੰਨ ਬਣਨੇ ਮੇਨ ਹਾਲ ਔਰ ਪਾਣੀ ਦੀ ਸਮੱਸਿਆ ਵੀ ਉੱਥੇ ਜਿਹੜੀ ਆਉਂਦੀ ਸੀ ਹੁਣ ਉਹ ਤੁਹਾਨੂੰ ਬਿਲਕੁਲ ਦੁਰਸਤ ਮਿਲੂਗੀ ਅੱਜ ਤੋਂ ਬਾਅਦ ਚਲੋ ਠੀਕ ਹੈ ਤੁਸੀਂ ਕਾਗਜ਼ ਭਰ ਕੇ ਆਓ ਤੇ ਅਸੀਂ ਵੀ ਤੁਹਾਨੂੰ ਗੁੱਡ ਲੱਕ ਦਿੰਨੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ